बिसमिल्ला रहमान रहीम पी एफ़ प्राइज बोंड पे आने वालों को खुश आमदीदीद करता हूँ सब भाई खैरियत से होंगे जुआ पर्ची खेलना कानूनी जुर्म है लहजा नंबरों के प्राइज बोंड खरीदे मुल्क की मैशियत को बेहतर बनाए आप भी खुशहाल हुकूमत भी खुशहाल तो भाई मेरे आज हम बात करते हैं साढ़े सत सौ प्राइज बोंड च होने वाली है भाई मेरे साढ़े सात सौ बॉन्ड च लाहौर शहर का ड्राए भाई मेरे एस उनताली थले पर डरा करना है भाई मेरे एस उनताली थले पर करना है ਤੇ ਮੈਂ ਆਪਣੇ ਭਾਈਆਂ ਵਾਸਤੇ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਸੁਟਨੀ ਲੈ ਕੇ ਆਇਆ ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗੀ ਤੇ ਦੂਸਰੀ ਗੱਲ ਹੈ ਭਾਈ ਮੇਰੇ ਡਬਲ ਐਫ ਪ੍ਰਾਈਜ਼ ਬੌਂਡ ਡਬਲ ਐਫ 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 ਪ੍ਰਾਈਜ਼ ਬੌਂਡ ਤੇ ਮੈਂ ਭਾਈ ਸਿੰਗਲ ਪੰਗੂੜੇ ਦੀ ਰੁਟੀਨ ਦਿੱਤੀ ਹੈ ਔਰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਲਾ ਪਾਕ ਨੇ ਚਾਇਆ ਤੇ ਉਹ ਪੰਗੂੜਾ ਤੁਹਾਨੂੰ ਲੱਗਿਆ ਨਜ਼ਰ ਆਵੇਗਾ ਇਨਸ਼ਾਅੱਲਾ ਅੱਲਾ ਨੇ ਚਾਇਆ ਤੇ ਸਿੰਗਲ ਪੰਗੂੜਾ ਹੈ ਭਾਈ ਮੇਰੇ ਉਹਨੂੰ ਜਾ ਕੇ ਤੁਸੀਂ ਇਹ ਰੁਟੀਨ ਵੇਖਣੀ ਹੈ ਚਾਲ ਵੇਖਣੀ ਹੈ ਉਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਹੈ ਭਾਈ ਮੇਰੇ ਕੋੰਦੀ ਜੋ ਵੀਡੀਓ ਆਵੇ ਮੇਰੇ ਭਾਈਆਂ ਤੱਕ ਪਹੁੰਚੇ ਸਿੰਗਲ ਪੰਗੂੜੇ ਦੀ ਰੁਟੀਨ ਦਿੱਤੀ ਬਾਈ ਮੇਰੇ ਤੁਸੀਂ ਲਾਜ਼ਮੀ ਜਾ ਕੇ ਵੇਖਣਾ ਤੇ ਭਾਈ ਮੇਰੇ ਇਹਦੇ ਰੁਟੀਨ ਮੈਂ ਆਪਣੇ ਭਾਈਆਂ ਨੂੰ ਓਪਨਰ ਦੀ ਰੁਟੀਨ ਵਿਖਾਣੀ ਹੈ ਲੋਰ ਸ਼ਹਿਰ ਦੇ ਆਪਣੇ ਜ਼ਾਤੀ ਓਪਨ ਲਾ ਰਿਹਾ ਉਹ ਆਪਣੇ ਭਾਈਆਂ ਨੂੰ ਵਿਖਾਣੇ ਨੇ ਕਿਉਂਕਿ ਕਿਸ ਤਰ੍ਹਾਂ ਲਾ ਰਿਹਾ ਭਾਈ ਮੇਰੇ ਰੁਟੀਨ ਇੱਥੋਂ ਸਟਾਰਟ ਹੈਗੀ ਏ ਇਹ ਲੋਰ ਸ਼ਹਿਰ ਦਾ ਭਾਈ ਮੇਰੇ ਇਹ ਪੂਰੀ ਲਿਸਟ ਹੈਗੀ ਲੋਅਰ ਸ਼ਾਇਰ ਦੇ ਜਿੰਨੇ ਵੀ ਡਰਾ ਲੱਗੇ ਨੇ ਇਹ ਭਾਈ ਮੇਰੇ 21 ਤੋਂ ਸਟਾਰਟ ਹੋਈ ਹੈ 14ਵੇਂ ਹੱfte ਪਈ ਹੈ ਓਪਨ ਨਿਕਲ ਰਹੇ ਨੇ ਤੋਂਰ ਲੱਗ ਰਹੇ ਨੇ ਹਰ ਦਫਾ ਓਪਨ ਨਿਕਲ ਰਹੇ ਨੇ ਭਾਈ ਮੇਰੇ ਇਹ ਮੈਂ ਪਿਛਾਂ ਵੀ ਜਦੋਂ 79 ਲੱਗੀ ਸੀ ਇਹ ਰੁਟੀਨ ਆਪਣੇ ਭਾਈਆਂ ਨੂੰ ਵਿਖਾਈ ਸੀ ਕਿ ਇੱਥੋਂ ਓਪਨ ਸਟਾਰਟ ਹੋਏ ਨੇ ਤੇ ਅਜੇ ਤਿਕਨ ਓਪਨ ਲੱਗ ਰਹੇ ਨੇ ਤੋਂ ਭਾਈ ਚਲਦੇ ਆਪਾਂ ਰੁਪੇਨ ਦੀ ਤਰਫ ਇਹ ਓਪਨਰ ਦੀ ਰੁਟੀਨ ਹੈ ਮੈਂ ਓਪਨ ਆਪਣੇ ਭਾਈਆਂ ਨੂੰ ਦੇ ਰਹੇ ਨੇ ਐ ਭਾਈ ਮੇਰੇ 21 ਲੱਗੀ ਹੈ ਪਹਿਲੇ ਭਾਈ ਮੈਂ 10 ਸਵਾ S21 ਤੋਂ ਸਟਾਰਟ ਹੋਈਏ ਭਾਈ ਮੇਰੇ 2104 ਤੋਂ ਫਿਰ ਆ 1560 ਫਿਰ ਆ 6885 ਐ ਭਾਈ ਜੀ ਮੈਂ ਸਾਰੇ ਲਿਖੇ ਹੋਏ ਨੇ ਆਪਣੇ ਭਾਈਆਂ ਨੂੰ ਖਾਣਾ ਐ ਭਾਈ ਮੇਰੇ ਜੋ 2104 ਤੋਂ ਇਹ ਆਪਣਾ ਦੀ ਰਪੇਲ ਭਾਈ ਮੇਰੇ ਸਟਾਰਟ ਹੋਈਏ ਐ ਦੀ ਬੈਕ ਨੂੰ ਜਮਾ ਕਰਨਾ ਭਾਈ ਮੇਰੇ ਬੈਕ ਆਕਰੇ ਨੂੰ ਇਹਦੀ ਜਮਾ ਸੀ 4 4 5 6 ਤੇ ਇਹਨਾਂ ਦੇ ਘਰਾਂ ਚੋਂ ਭਾਈ ਮੇਰੇ ਅੱਗੇ ਓਪਨ ਲੱਗਣਾ ਸੀ 4 ਦਾ ਘਰ 9 5 ਦਾ ਘਰ 0 6 ਦਾ ਘਰ 1 ਇਹਨਾਂ ਚ ਹੀ ਓਪਨ ਲੱਗਣਾ ਸੀ ਭਾਈ ਮੇਰੇ ਇਹ ਓਪਨ ਲੱਗ ਗਿਆ 1 ਦਾ ਫਿਰ ਭਾਈ ਮੇਰੇ ਇਹਦੀ ਜਮਾ ਸੀ 6 6 7 ਤੇ 8 ਤੇ ਇਹਨਾਂ ਦੇ ਘਰਾਂ ਵਿੱਚੋਂ ਓਪਨ ਲੱਗਣਾ ਸੀ ਭਾਈ ਮੇਰੇ ਅ 6ਾ ਲੱਗ ਗਿਆ ਇਹਦੀ ਜਮਾ ਸੀ ਭਾਈ ਮੇਰੇ 4 4 5 6 ਤੇ ਇਹਨਾਂ ਦੇ ਘਰਾਂ ਚੋਂ ਓਪਨ ਲੱਗਣਾ ਸੀ ਇਹ 5ਾ ਲੱਗ ਗਿਆ ਫਿਰ ਭਾਈ ਮੇਰੇ ਐਂਦੀ ਜਮਾ ਸੀ 2 2 3 4 ਤੇ ਇਹਨਾਂ ਦੇ ਘਰਾਂ ਚ ਉਪਨ ਲੱਗਦਾ ਸੀ 9 ਉਪਨ ਲੱਗ ਗਿਆ 9 ਪਿਆ ਸੀ ਭਾਈ ਮੇਰੇ ਫਿਰ ਭਾਈ ਮੇਰੇ ਐਂਦੀ ਜਮਾ ਸੀ 3 3 4 5 ਤੇ ਇਹਨਾਂ ਦੇ ਘਰਾਂ ਚ ਉਪਨ ਲੱਗਦਾ ਸੀ ਭਾਈ ਮੇਰੇ 9 ਦਾ ਉਪਨ ਲੱਗ ਗਿਆ ਇਹ 9 ਪਿਆ ਐਂਦੀ ਜਮਾ ਸੀ 9 9 0 1 ਤੇ ਇਹਨਾਂ ਦੇ ਘਰਾਂ ਚ ਉਪਨ ਲੱਗਦਾ ਸੀ ਅੱਗੇ 6 ਦਾ ਉਪਨ ਲੱਗ ਗਿਆ 6 ਦਾ ਉਪਨ ਪਿਆ ਸੀ ਲੱਗ ਗਿਆ ਫਿਰ ਭਾਈ ਮੇਰੇ ਐਂਦੀ ਜਮਾ ਸੀ 4 4 5 6 ਤੇ ਇਹਨਾਂ ਦੇ ਘਰਾਂ ਚ ਓਪਨ ਲੱਗਣਾ ਸੀ ਇਹ 5 ਦਾ ਓਪਨ ਲੱਗ ਗਿਆ ਐਂਦੀ ਜਮਾ 9 9 0 1 ਤੇ ਇਹਨਾਂ ਦੇ ਘਰਾਂ ਚ ਅੱਗੇ ਓਪਨ ਲੱਗਣਾ ਸੀ ਇਹ 9 ਦਾ ਓਪਨ ਲੱਗ ਗਿਆ ਭਾਈ ਮੇਰੇ ਐਂਦੀ ਜਮਾ ਭਾਈ ਮੇਰੇ ਬੈਕ ਆਕੜੇ ਦੀ ਜਮਾ ਸੀ 1 ਸੀ 1 ਬਾਰ ਕਰ ਲੈਣਾ 1 2 3 ਇਹਨਾਂ ਦੇ ਘਰਾਂ ਚ ਅੱਗੇ ਓਪਨ ਲੱਗਣਾ ਸੀ ਭਾਈ ਮੇਰੇ ਇਹ ਓਪਨ ਲੱਗ ਗਿਆ 8 ਓਪਨ ਲੱਗ ਗਿਆ ਇਹ ਪਿਆ 8 ਫਿਰ ਭਾਈ ਮੇਰੇ ਐਂਦੀ ਜਮਾ ਸੀ 47 ਦੇ ਆਕੜੇ ਦੀ ਜਮਾ ਸੀ ਭਾਈ ਮੇਰੇ 2 2 3 4 ਇਹਨਾਂ ਦੇ ਘਰਾਂ ਚ ਓਪਨ ਲੱਗਣਾ ਸੀ ਇਹ ਭਾਈ ਮੇਰੇ ਸਾਡਾ ਓਪਨ ਲੱਗ ਗਿਆ ਮਸਲਨ ਕਿ ਇਹ ਇੱਕੀ ਤੋਂ ਸਟਾਰਟ ਹੈ ਤੇ ਇਹ ਇੰਨਾ ਤਿਕਨ ਫਿਰ ਇੱਧਰ ਆ ਜਾਓ ਭਾਈ ਮੇਰੇ ਇਹ ਰੁਟੀਨ ਮੈਂ ਭਾਈ ਆ ਦੋ ਐਸ ਚੈਨਲ ਤੇ ਸਿੰਗਲ ਪੰਗੂੜੇ ਦੀ ਰੁਟੀਨ ਦਿੱਤੀ ਉਹਨੂੰ ਜਾ ਕੇ ਤੁਸੀਂ ਚੈੱਕ ਜ਼ਰੂਰ ਕਰਨਾ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਭਾਈ ਮੇਰੇ ਤੋਂ ਭਾਈ ਮੇਰੇ ਇਹ 70 ਦੀ ਬੈਕ ਆਕੜੇ ਦੀ ਜਮ ਹੈਗੀ ਸੀ ਭਾਈ ਮੇਰੇ ਇੱਕ ਦੀ ਇੱਕ ਨੂੰ ਬਾਹਰ ਕਰ ਲੈਣਾ ਇੱਕ ਦੋ ਤਿੰਨ ਤੇ ਇਹਨਾਂ ਦੇ ਘਰਾਂ ਚ ਓਪਨ ਲੱਗਣਾ ਸੀ ਇਹ ਓਪਨ ਤਿੰਨ ਦਾ ਲੱਗ ਗਿਆ ਫਿਰ ਭਾਈ ਬੈਕ ਆਗਰੇ ਦੀ ਜਮਾ ਸੀ 9 9 0 1 3 ਤੇ ਇਹਨਾਂ ਦੇ ਕਰਾਂ ਚ ਓਪਨ ਲੱਗਣਾ ਸੀ ਇਹ 9 ਦਾ ਓਪਨ ਲੱਗ ਗਿਆ ਫਿਰ ਭਾਈ ਮੇਰੇ ਅੰਦੀ ਜਮਾ ਸੀ 2 2 3 ਤੇ ਇਹਨਾਂ ਦੇ 2 3 4 ਤੇ ਇਹਨਾਂ ਦੇ ਕਰਾਂ ਚ ਓਪਨ ਲੱਗਣਾ ਸੀ ਇਹ ਸਾਦਾ ਓਪਨ ਲੱਗ ਗਿਆ ਅੱਜ ਭਾਈ ਕਹਿੰਦਾ 3 4 5 ਤੇ ਇਹਨਾਂ ਦੇ ਕਰਾਂ ਚ ਓਪਨ ਲਾਵੋ ਇਹ ਓਪਨ ਹੈਗੇ ਇਨਸ਼ਾ ਅੱਲਾਹ ਪਾਕ ਨੇ ਚਾਹਿਆ ਭਾਈ ਮੇਰੇ ਇਹਨਾਂ ਓਪਨਾ ਚ ਹੀ ਓਪਨ ਲੱਗੇਗਾ ਤੇ ਮੈਂ ਆਪਣੇ ਭਾਈਆਂ ਵਾਸਤੇ ਇਸ ਤੋਂ ਬਾਅਦ ਜਿਹੜੀ ਰੁਟੀਨ ਖਾਵਾਂਗੇ ਉਹਦੇ ਵਿੱਚ ਓਪਨ ਬਿਲਕੁਲ ਕਮ ਹੋ ਜਾਵਣਗੇ ਬਿਲਕੁਲ ਇੱਕ ਹੋਰ ਰੁਟੀਨ ਹੈ ਬੜੀ ਜ਼ਬਰਦਸਤ ਰੁਟੀਨ ਹੈ ਉਹ ਵੀ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਇਨਸ਼ਾਅੱਲਾ ਅੱਲਾਹ ਦੇ ਖੋ ਨਾਲ ਇਹ ਭਾਈ ਮੇਰੇ ਓਪਨ ਹੈਗੇ ਨੇ ਇਹ ਕਹਿੰਦਾ ਕਿ ਨਾ ਓਪਨਾ ਤੋਂ ਬਗੈਰ ਓਪਨ ਨਹੀਂ ਲੱਗਣਾ ਇਹ ਭਾਵੇਂ ਭਾਈ 6 ਨੇ 4 ਓਪਨ ਕੱਟੇ ਜਾਂਦੇ ਨੇ 4 ਓਪਨ ਭਾਈ ਮੇਰੇ ਇਹ ਰੁਟੀਨ ਦੇ ਮੁਤਾਬਕ 14ਵੇਂ ਹਫ਼ਤੇ ਰੁਟੀਨ ਭਈ ਹੈ ਭਾਈ ਮੇਰੇ 14ਵੇਂ ਹਫ਼ਤੇ 13 ਹੱਥ ਲੱਗ ਚੁਕੀ ਹੈ ਇਸ ਚੈਨਲ ਤੇ ਭਾਈ ਮੇਰੇ ਮੈਂ ਸਿੰਗਲ ਪੰਗੂੜੇ ਦੀ ਰੁਟੀਨ ਦਿੱਤੀ ਹੈ ਸਿੰਗਲ ਪੰਗੂੜੇ ਦੇ ਇਨਸ਼ਾਅੱਲਾ ਅੱਲਾ ਦੇ ਖਵਾਬ ਨਾਲ ਤੁਹਾਨੂੰ ਪਸੰਦ ਆਏਗੀ ਤੁਸੀਂ ਉਧਰ ਜਾ ਤੇ ਉਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਹੈ ਉਹਦੀ ਵੀ ਜਿਹੜੀ ਵੀਡੀਓ ਆਵੇ ਮੇਰੇ ਭਾਈਆਂ ਤੱਕ ਜਲਦ ਤੋਂ ਜਲਦ ਪਹੁੰਚੇ ਤੇ ਯਾਰ ਵੀਰੇ ਮੇਰੇ ਭਾਈਆਂ ਨੂੰ ਮੇਰੀ ਅੱਛੀ ਲੱਗੀ ਹੋਵੇ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ لازਮੀ ਕਰਨਾ ਹੈ ਕਿ ਸਾਡੀ ਨਵੀਂ ਵੀਡੀਓ ਆਉਣ ਵਾਲੀ ਮੇਰੇ ਭਾਈਆਂ ਤੱਕ ਪਹੁੰਚੇ ਤਾਂ ਭਾਈ ਮੇਰੇ ਬੈਲ ਨੂੰ ਆਲ ਪ੍ਰੈਸ ਕਰਨਾ ਹੈ ਕਿ ਸਾਡੀ ਜਿਹੜੀ ਵੀਡੀਓ ਆਵੇ ਮੇਰੇ ਭਾਈਆਂ ਤੱਕ ਜਲਦ ਤੋਂ ਜਲਦ ਪਹੁੰਚੇ ਤਾਂ ਭਾਈ ਮੇਰੇ ਨੂੰ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼